ਜਾਣਦੇ ਆ ਸਾਡਾ ਕਿਸਾਨ ਭਰਾਓ ਪੰਜਾਬ ਸੂਬਾ ਰਵਾਇਤੀ ਸੋਚ ਤੋਂ ਅੱਗੇ ਵੱਧ ਰਿਹਾ। ਅਸੀਂ ਜਿੰਨੇ ਵੀ ਅਦਾਰੇ ਪੰਜਾਬ ਦੇ ਹੈਗੇ ਆ ਖੇਤੀਬਾੜੀ ਅਧਾਰਿਤ ਖਾਸ ਤੌਰ 'ਤੇ ਵਪਾਰਕ ਅਦਾਰੇ ਜਿਹੜੇ ਆ ਉਹ ਬਹੁਤ ਤੇਜ਼ੀ ਨਾਲ ਇਹਨਾਂ ਨਵੀਆਂ ਤਕਨੀਕਾਂ ਨੂੰ ਵਰਤ ਕੇ ਆਪਣੇ ਵਪਾਰ ਵਿੱਚ ਅਤੇ ਆਪਣੇ ਗਿਆਨ ਵੰਡਣ 'ਚ ਵਾਧਾ ਕਰ ਰਹੇ ਆ ਅਤੇ ਮਾਰਕਫੈਡ ਵੀ ਪਿੱਛੇ ਨਹੀਂ ਹੈ ਇਹਨਾਂ ਅਦਾਰਿਆਂ ਸਰਕਾਰ ਅਦਾਰਾ ਮਾਰਕਫੈਡ ਜਿਹਨੇ ਇਹ ਆਪਣੀ ਸੋਚ ਨੂੰ ਅਪਣਾ ਕੇ ਸੋਸ਼ਲ ਮੀਡੀਆ ਰਾਹੀਂ ਸਾਰਥਕ ਢੰਗ ਨਾਲ ਤੇਜ਼ੀ ਨਾਲ ਆਪਣੇ ਕੰਜ਼ੂਮਰ ਤੱਕ ਅਤੇ ਆਪਣੇ ਫਾਰਮਰ ਤੱਕ ਪਹੁੰਚਣਾ ਸ਼ੁਰੂ ਕੀਤਾ ਹੋਇਆ ਅਤੇ ਅਸੀਂ ਇਸ ਵਿਸ਼ੇ 'ਤੇ ਯਾਨੀ ਸੋਸ਼ਲ ਮੀਡੀਆ ਦੀ ਸਾਡੇ ਵਪਾਰ ਪ੍ਰਬੰਧਨ ਵਿੱਚ ਕੀ ਭੂਮਿਕਾ ਉੱਥੇ ਚਰਚਾ ਕਰਨ ਵਾਸਤੇ ਅੱਜ ਬੁਲਾਵਾ ਦਿੱਤਾ ਹੈ। PAU ਤੋਂ ਵਣਜ ਵਿਭਾਗ ਦੇ ਪ੍ਰੋਫੈਸਰ ਡਾਕਟਰ ਅਮਨਦੀਪ ਸਿੰਘ ਜੱਸਾ ਜੀ ਔਰ ਮਾਰਕਫੈਡ ਦੇ ਚੀਫ ਮੈਨੇਜਰ ERP ਸ਼੍ਰੀ ਰਮਨ ਕਪਲਿਸ ਜੀ ਅਤੇ ਸੋਸ਼ਲ ਮੀਡੀਆ ਰਾਹੀਂ ਖੇਤੀ ਵਣਜ ਪ੍ਰਬੰਧ ਨੂੰ ਹੋਰ ਕਿਵੇਂ ਸਾਰਥਕ ਬਣਾਈਏ ਹੋਰ ਕਿਵੇਂ ਸਟਾਰਟ ਬਣਾਈਏ ਇਹਨੂੰ ਅੱਗੇ ਕਿਵੇਂ ਵਧਾਈਏ ਅੱਜ ਆਪਾਂ ਚਰਚਾ ਸ਼ੁਰੂ ਕਰਦੇ ਹਾਂ ਡਾਕਟਰ ਰਮਨਦੀਪ ਜੱਸਾ ਜੀ ਤੋਂ। ਡਾਕਟਰ ਰਮਨਦੀਪ ਜੀ ਤੁਹਾਡੇ ਨਾਲ ਮੇਰੀ ਚਰਚਾ ਦੀ ਸ਼ੁਰੂਆਤ ਵਿੱਚ ਹੀ ਮੁਤਾਲਬਾ ਇਸ ਗੱਲ 'ਤੇ ਮੈਂ ਕਰਨਾ ਚਾਹੁੰਦਾ ਵੀ ਖੇਤੀ ਵਪਾਰ ਜਿਹੜਾ ਅਸੀਂ ਉਹਦੀ ਰਫ਼ਤਾਰ ਨੂੰ ਤੇਜ਼ ਕਰਨ ਲਈ ਸੋਸ਼ਲ ਮੀਡੀਆ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹਾਂ? ਸ਼ਰਮਾ ਜੀ ਬਹੁਤ ਅੱਜ ਦੇ ਸਮੇਂ ਦਾ ਇਹ ਢੁੱਕਵਾਂ ਟੌਪਿਕ ਹੈ ਕਿ ਸੋਸ਼ਲ ਮੀਡੀਆ ਦੇ ਨਾਲ ਅਸੀਂ ਖੇਤੀਬਾੜੀ ਨੂੰ ਖੇਤੀ ਵਪਾਰ ਦਾ ਦਰਜਾ ਦੇ ਸਕਦੇ ਹਾਂ। ਸੋ ਇੱਥੇ ਬਹੁਤ ਇੱਕ ਜਿਹੜੀ ਗੱਲ ਅਹਿਮੀਅਤ ਰੱਖਦੀ ਹੈ ਸਿਧਾਂਤਕ ਤੌਰ 'ਤੇ ਉਹ ਇਹ ਹੈ ਕਿ ਪਹਿਲਾਂ ਪਿਛਲੇ ਸਮੇਂ ਦੇ ਵਿੱਚ ਜ਼ਿਆਦਾ ਕਰਕੇ ਜਿਹੜੀ ਪ੍ਰੋਡਕਸ਼ਨ ਓਰੀਐਂਟਡ ਜਿਹੜੀ ਖੇਤੀਬਾੜੀ ਦੀ ਗੱਲਬਾਤ ਹੁੰਦੀ ਸੀ ਅੱਜ ਵੈਲਿਊ ਚੇਨ ਨੂੰ ਐਡਰੈਸ ਕੀਤਾ ਜਾ ਰਿਹਾ ਅੱਜ ਕੰਪਲੀਟ ਖੇਤੀ ਵਪਾਰ ਦੇ ਢਾਂਚੇ ਨੂੰ ਸਮਝ ਕੇ ਉਹਦੀ ਵੈਲਿਊ ਚੇਨ ਨੂੰ ਐਡਰੈਸ ਕੀਤਾ ਜਾ ਰਿਹਾ ਲਾਗਤਾਂ ਸਹੀ ਤਰੀਕੇ ਨਾਲ ਕਿਵੇਂ ਲਾਉਣੀਆਂ ਜਿਨਸ ਨੂੰ ਸਹੀ ਤਰੀਕੇ ਨਾਲ ਕਿਵੇਂ ਪੈਦਾ ਕਰਨਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਸ ਚੀਜ਼ ਦੇ ਵਿੱਚ ਤਕਰੀਬਨ ਸਾਰੇ ਸਟੇਕ ਹੋਲਡਰਸ ਨੂੰ ਟ੍ਰੇਨਿੰਗ ਦੇ ਰਹੀ ਹੈ ਬਹੁਤ ਵਧੀਆ ਸੁਚੱਜੇ ਢੰਗ ਨਾਲ ਪਰ ਇਸ ਤੋਂ ਅਗਲੇ ਪੜਾਅ ਜਿਹੜਾ ਤੀਜਾ ਅਤੇ ਚੌਥਾ ਨੰਬਰ ਦਾ ਪੜਾਅ ਹੈ ਕਿ ਜਿਹੜੀ ਜਿਨਸ ਅਸੀਂ ਪੈਦਾ ਕਰ ਲੈਂਦੇ ਹਾਂ ਉਸ ਜਿਨਸ ਤੋਂ ਵਸਤੂਆਂ ਨੂੰ ਕਿਵੇਂ ਢਾਲਣਾ ਜਾਣੀ ਕਿ ਵੈਲਿਊ ਐਡੀਸ਼ਨ ਇਹ ਤੀਜਾ ਪੜਾਅ ਅਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਇਹਨੂੰ ਘੋਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਇਸ਼ੂ ਦੇ ਵਿੱਚ ਅਸੀਂ ਜ਼ਿਆਦਾ ਟ੍ਰੇਨਿੰਗ ਜਿਹੜੀ ਆ ਸੋਸ਼ਲ ਮੀਡੀਆ ਦੇ ਰਾਹੀਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਚੌਥਾ ਪੜਾਅ ਜਿਹੜਾ ਮੰਡੀਕਰਨ ਕਿਉਂਕਿ ਇਹ ਇੱਕ ਸਕਿੱਲ ਸੈੱਟ ਆ ਮੰਡੀਕਰਨ ਅਸੀਂ ਇਹ ਗੱਲ ਨੂੰ ਸੋਚਿਆ ਭਾਪਿਆ ਅਤੇ ਨਾਲ ਹੀ ਭਾਪਣ ਤੋਂ ਬਾਅਦ ਅਸੀਂ ਇਸ ਨਤੀਜੇ 'ਤੇ ਪਹੁੰਚੇ ਕਿ ਸੋਸ਼ਲ ਮੀਡੀਆ ਨਾਲ ਅਸੀਂ ਜਿਹੜੀ ਮੰਡੀਕਰਨ ਦਾ ਸਕਿੱਲ ਸੈੱਟ ਆ ਨਾ ਉਹ ਜ਼ਿਆਦਾ ਤੇਜ਼ੀ ਨਾਲ ਟ੍ਰਾਂਸਫਾਰਮ ਕਰ ਸਕਦੇ ਹਾਂ ਖੇਤੀ ਵਪਾਰੀਆਂ ਦੇ ਵਿੱਚ। ਉਸ ਤੋਂ ਬਾਅਦ ਖਪਤਕਾਰ ਦੀ ਜ਼ਰੂਰਤ ਨੂੰ ਸਮਝ ਕੇ ਉਹਨੂੰ ਕਿਵੇਂ ਵਸਤੂ ਮੁਹੱਈਆ ਕਰਾਉਣੀ ਹੈ ਪੰਜਵਾਂ ਪੜਾਅ ਖੇਤੀ ਵਪਾਰ ਦੇ ਢਾਂਚੇ ਦਾ। ਸੋ ਸੋਸ਼ਲ ਮੀਡੀਆ ਦੇ ਜ਼ਰੀਏ ਸ਼ਰਮਾ ਜੀ ਇਸ ਪੰਜੋ ਗੱਲਾਂ ਦੇ ਉੱਤੇ ਸਿਧਾਂਤਕ ਗੱਲਾਂ ਦੇ ਉੱਤੇ ਪਹਿਲਾ ਚੰਗੇ ਤਰੀਕੇ ਨਾਲ ਦਿੱਤਾ ਜਾ ਰਿਹਾ ਸੋਸ਼ਲ ਮੀਡੀਆ ਨੂੰ ਅਸੀਂ ਵਰਤ ਰਹੇ ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬੈਨਰ ਦੇ ਤਹਿਤ। ਰਮਨ ਕਪਲਿਸ ਜੀ ਤੁਹਾਡੇ ਵੱਲ ਮੈਂ ਆ ਰਿਹਾ ਜਦੋਂ ਆਪਾਂ